ਨਮਸਕਾਰ, ਇਹ ਮੇਰਾ ਤੀਜਾ ਵਲੋਗ। ਅੱਜ ਕੁਝ ਅਲੱਗ ਕਰਾਂਗੇ, ਠੀਕ ਆ। ਲਾਈਟਾਂ ਲੁੱਟਾਂ ਜਗਾ ਦਈਏ ਅਤੇ ਝਾੜੂ ਪੋਚਾ ਲਾ ਕੇ ਅਤੇ ਫਿਰ ਅਸੀਂ ਆਪਾਂ ਵਾਲਪੇਪਰ ਐਵੇਂ ਮਤਲਬ ਕਿ ਆ ਗਿਆ, ਬੜਾ ਸੋਹਣੀ ਚੀਜ਼ ਹੈ ਨਾ। ਫੋਟੋਗ੍ਰਾਫੀ ਵੀ ਮਾਰਦੀਆਂ ਹੁੰਦੀਆਂ ਵੈਸੇ। ਇਹਦਾ ਗੂਗਲ ਅਕਾਊਂਟ ਵੀ ਬਣ ਗਿਆ ਵਾ, ਅਤੇ ਹੁਣ ਆਪਾਂ ਇਹ ਸ਼ਬਦ ਲਾਤਾ ਵਾ। ਦੂਜੀਆਂ ਹੋਣਗੀਆਂ ਆਰਟ ਰਿਲੇਟਡ, ਉਹ ਮੈਂ ਅਲੱਗ ਤੋਂ ਪਾਇਆ ਕਰੂੰਗਾ, ਪਾਇਆ ਪਰ ਇਸੇ ਚੈਨਲ 'ਤੇ ਕਰਾਂਗਾ, ਠੀਕ ਆ। ਅਤੇ ਫਿਲਹਾਲ ਆਪਾਂ ਬਣਾਉਂਦੇ ਹਾਂ ਸਕੈਚ, ਅਤੇ ਮੈਂ ਤੁਹਾਨੂੰ ਦਿਖਾਉਂਦਾ ਜ਼ਿਆਦਾ ਆ ਗਿਆ। ਮੈਂ ਤਾਂ ਪਹਿਲਾਂ ਸੈਟਿੰਗ ਕਰਨੀ ਸੀ, ਮੈਂ ਤੁਹਾਨੂੰ ਸੈਟਿੰਗ ਦਿਖਾਉਂਦਾ ਵਾ ਵੀ ਮੈਂ ਕਿੱਦਾਂ ਕਰਦਾ ਸੀ ਪਹਿਲਾਂ ਸਕੈਚ, ਠੀਕ ਆ। ਕਿਉਂਕਿ ਆਹ ਜਿਹੜਾ ਬਣਾਇਆ ਵਾ ਓਇਲ ਪੇਂਟਿੰਗਸ ਤੋਂ ਪਹਿਲਾਂ ਮੇਰੀ ਸੈਟਿੰਗ ਥੋੜ੍ਹੀ ਹੋਰ ਸੀ, ਓਇਲ ਪੇਂਟਿੰਗਸ ਕਾਰਨ ਮੈਂ ਸਾਰਾ ਕੁਝ ਇੱਧਰ ਉੱਧਰ ਕਰਤਾ। ਪਹਿਲਾਂ ਹੁਣ ਆਪਾਂ ਮੇਜ਼ ਦੀ ਸੈਟਿੰਗ ਕਰਾਂਗੇ, ਫਿਰ ਆਪਾਂ ਸਕੈਚ ਬਣਾ ਕਰਾਂਗੇ। ਓਕੇ ਜੀ, ਸੈਟਿੰਗ ਇੱਦਾਂ ਦੀ ਆ, ਅਤੇ ਹੁਣ ਤੁਹਾਨੂੰ ਸੈਟਿੰਗ ਕਰਕੇ ਦਿਖਾਉਂਦਾ ਵਾਂ ਜਿੱਦਾਂ ਪਹਿਲਾਂ ਸੈਟਿੰਗ ਹੁੰਦੀ ਸੀ, ਜਿੱਦਾਂ ਮੈਂ ਪਹਿਲਾਂ ਵੀਡੀਓਸ ਬਣਾਉਣਾ ਸੀ, ਠੀਕ ਹੈ। ਅਤੇ ਚਲੋ ਕਰਦੇ ਹਾਂ ਸਟਾਰਟ। ਸੈਟਿੰਗ ਨੂੰ ਹੁਣ ਆਪਾਂ ਇਨਵੈਟਰ ਦੀ ਤਾਰ ਹਿੱਲ ਗਈ, ਉਹ ਲਾਉਣ ਲੱਗਿਆ। ਇਹ ਫੋਟੋ ਸਟੇਟ ਹੀ ਨਹੀਂ ਕਰਦੇ, ਸਾਰੇ ਕੰਮ ਕੱਢੇ ਵੀ ਹੈਨਾ। ਬੱਲੇ, ਸਹੀ ਆ ਸਹੀ ਆ। ਬਸ ਉਹ ਹੋ ਗਿਆ ਅਕਰੈਲਿਕ, ਉਹ ਵੀ ਕਰਕੇ ਦਿਖਾਵਾਂਗਾ ਤੁਹਾਨੂੰ। ਥੱਲੇ ਹੋ ਗਏ ਓਇਲ ਪੇਸਟ ਕਲਰਸ, ਉਹ ਅਕਰੈਲਿਕ। ਦੂਜੇ ਹੋ ਗਏ ਪੋਸਟਰ ਕਲਰ, ਪੈਂਸਿਲ ਕਲਰਸ, ਅਤੇ ਆਹ ਡੋਮਸ ਦੀਆਂ, ਅਤੇ ਆਹ ਬ੍ਰਿਸਟੋ ਦੇ, ਅਤੇ ਹੋਰ ਰਹਿ ਗਿਆ ਹੁਣ। ਇਹ ਹੋ ਗਿਆ ਕੰਮ ਕਰਦਾ ਕਰਦਾ, ਸਾਹ ਲਈਏ ਝੱਟ, ਗਾਣੇ ਲਾ ਲਈਏ ਨਾ, ਗਾਣੇ 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 ਗਾਣੇ। ਕਾਫੀ ਸਫਾਈ ਹੋ ਗਈ ਆ, ਬਸ ਆ ਸਮਾਨ ਹੁਣ ਵੇਚ ਹੀ ਰੱਖਣਾ ਵਾ। ਅਤੇ ਟਾਈਮ ਹੋ ਗਿਆ 1:30 ਵੱਜ ਗਿਆ, ਥੱਕ ਗਏ ਮੈਂ। ਆ ਕੇ ਸਫਾਈ ਕਰਦੇ ਹਾਂ ਹੁਣ, ਕੱਟਣ ਲੱਗੇ ਕੇਕ। ਛੋਟੇ ਭਰਾ ਦਾ ਸੀ ਜਨਮਦਿਨ, ਉਹ ਮੈਂ ਰੱਖਦਾ ਵੀ ਸਮਾਨ ਉਹ ਬਾਹਰ ਕਰਦਾ ਗਿਆ, ਅਤੇ ਤੁਹਾਨੂੰ ਦਿਖਾਉਂਦੇ ਹਾਂ ਬਰਥਡੇ ਬੋਆਏ ਕੇਕ ਕਿੱਦਾਂ ਦਾ ਹੈ। ਉਹ ਲੈ ਲਵ ਦੀ ਕੀ ਬਣ ਗਿਆ, ਲਵ ਦਾ ਲਵ ਇੱਥੇ ਥੱਲੇ ਕੀ ਲਿਖਿਆ ਵਾ, ਪ੍ਰੀਤ ਲਿਖਿਆ। ਅੱਛਾ, ਲਵ ਪ੍ਰੀਤ, ਉਹ ਚੋਕਲੇਟ ਕੀ ਨਾ। ਇਸ ਵੀ ਕਰਕੇ ਹੁਣ ਕੇਕ ਨੂੰ ਕੱਟਦੇ ਹਾਂ। ਕਿਉਂ ਨਹੀਂ ਮੈਂ ਆ ਗਏ ਆ ਦਾਦੀ ਦੇ ਪਰਪੋਤਰ ਦਰਾਣੀਆਂ ਜਠਾਣੀਆਂ ਸੱਸ ਹੋਣੀ। ਕਿੱਥੋਂ ਬਣਵਾਏ ਆ ਦੱਸੇ, ਕਿੱਥੋਂ ਬਣਾਏ ਹੈ? ਟੈਟੂ ਆ ਸਮਾਈਲ, ਬੀਬੀ ਸਮਾਈਲ, ਹੱਸੀ ਮਾੜਾ ਯਾਰ। ਕਿਵੇਂ, ਇਹ ਤੈਨੂੰ ਪਤਾ ਨੀ ਬਰਥਡੇ ਅੱਜ? ਉਹ ਮੈਂ ਬੈਠੀ ਹੋਈ ਇੱਧਰ ਵੇਖ ਲਾ, ਹੈਪੀ ਬਰਥਡੇ ਤੇ ਸਾਰਾ ਕੁਛ ਲਿਖਿਆ। ਫੋਲੋਵਰ ਜਿਆਦਾ ਵਧੀਆ ਹੋਣੇ ਚਾਹੀਦੇ ਨਾ, ਫੋਲੋਵਰ ਤੇ ਫੋਲੋਵਰ ਲਿਖਣਾ ਹੈ ਪੇਪਰ ਉਹ ਵੀ ਮੈਂ ਕਿਹਾ ਤੇ ਖਰਾਬ ਹੋਇਆ ਪਿਆ। ਤੁਸੀਂ ਕਹਿ ਰਹੇ
ਬੜਾ ਬੜੀਆ ਆ ਮੈਂ ਬੜਾ ਹੈਪੀ ਬਰਥਡੇ ਇੱਕ ਕਿੱਲਾ ਧੋਣ ਚ ਤੇ 40 ਸੀਟੀ ਵੇਟ ਇਹ ਢੂੰਦੇ ਹੀ ਸੀ ਕਦੋਂ ਦੀ ਘੰਟਾ ਹੋ ਗਿਆ ਆ ਜਾ ਆ ਜਾ ਆ ਵੇ ਇਹਦੇ ਕੰਨ ਲੇਟ ਹੋਏ ਡੇਢ ਘੰਟਾ ਲੇਟ ਕਰਾਇਆ ਤੂੰ ਸਾਨੂੰ ਚਾਨਣ ਵਾਧੂ ਆ ਹੈਪੀ ਬਰਥਡੇ ਉਧਰ ਵੇਖ ਕੇ ਖਾਣਾ ਕੋਈ ਨੀ ਬਸ ਹੁਣ ਵੇ ਜਿਵੇਂ ਛਕਣ ਪੈ ਜਾਂਦਾ ਹੁੰਦਾ ਇਹਨੂੰ ਪੈਟੀ ਖਾਣੀ ਨੀ ਉਹਦੀ ਅਜੇ ਤੱਕ ਕਹਿੰਦੇ ਕਮਲ ਆ ਦੂਜੀ ਬਰਥਡੇ ਮਨਾਮ ਨੂੰ ਕੇ ਫਿਰ ਸਫਾਈਆਂ ਦੇ ਆ ਗਏ ਆ ਫਿਰ ਕਰਦੇ ਸਫਾਈ ਤੇ ਬਾਅਦ ਵੇਸਟ ਮਟੀਰੀਅਲ ਤੋਂ ਚੀਜ਼ਾਂ ਬਣਾਏ ਦੋ ਲੋੜ ਪੈਂਦੀ ਹੈ ਮੈਂ ਚੀਜ਼ ਤੁਹਾਨੂੰ ਦਿਖਾਉਂਦਾ ਮੈਂ ਕੰਧ ਲਈ ਬਣਾਉਂਦੇ ਹਾਂ ਦੇਖਿਓ ਆਪਾਂ ਇਹਨੂੰ ਕੱਟ ਕਰ ਲੈਣਾ ਸਾਰੇ ਨੇ ਇੱਦਾਂ ਕਰਕੇ ਤੁਹਾਨੂੰ ਦਿਖਾਉਂਦਾ ਮੈਂ ਠੀਕ ਆ ਠੀਕ ਆ ਅਤੇ ਜਿਹੜਾ ਉਹ ਸਾਈਡ 'ਤੇ ਆਉਣਾ ਉਹਦੇ 'ਤੇ ਹੁਣ ਆਪਾਂ ਵਾਲੀ ਚੀਜ਼ ਲਾ ਦੇਣੀ ਇੱਦਾਂ ਜੁੜ ਜੂਗੀ ਠੀਕ ਆ ਅਸਾਂ ਕੀ ਕੀਤਾ ਇਹਨੂੰ ਥੋੜ੍ਹਾ ਫੋਲਡ ਕਰਤਾ ਫੋਲਡ ਕਰਕੇ ਜਿਹੜੀ ਚੀਜ਼ਾਂ ਨਾਲ ਫਿਰ ਇੱਥੇ ਟੇਪ ਲਾ ਤੀ ਹੁਣ ਇਹਦੇ ਬਣਾਉਂਦੇ ਹਾਂ ਇਹਦੇ 'ਚ ਰੱਖਦੇ ਹਾਂ ਟਿਸ਼ੂ ਪੇਪਰ ਲਾਤਾ ਅਤੇ ਡਿਸਪੋਜ਼ਲ ਗਲਾਸ ਆ ਗਏ ਚਲੋ ਜੀ ਵੇਸਟ ਚੀਜ਼ਾਂ ਤੋਂ ਬਣਦੀ ਚੀਜ਼ਾਂ ਸੈਟਅਪ ਲੱਗ ਗਿਆ ਵਾ ਅਤੇ ਥੋੜ੍ਹਾ ਕੁ ਰਹਿ ਗਿਆ ਬਸ ਫਿਰ ਚੇਂਜ ਕਰਦੇ ਫਿਰ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਠੀਕ ਮਿਊਜ਼ਿਕ ਸਕੈਚ ਬਣ ਲੱਗਾ ਜੀ ਮੇਰਾ ਸੈਟਅਪ ਲੱਗ ਚੁੱਕਾ ਵਾ ਅਤੇ ਕੱਲ੍ਹ ਆਣ ਕੇ ਮਜ਼ਾ ਆਏਗਾ ਕੰਮ ਕਰਨ ਕਰਦੀ ਹੈ ਬੰਦ ਇਹ ਤਾਂ ਦੇਖਿਆ ਹੋਣਾ ਤੁਸੀਂ ਹੈ ਨਾ ਸਾਡਾ ਬਾਰਡ ਓਹ ਜੀ ਟੋਟੋ ਜੀ ਡੀ ਪੀ 'ਚ ਲੱਗੀ ਇਹ ਵੱਡੇ ਵੀਰ ਜੀ ਇਫ ਯੂ ਕੈਨ ਥਿੰਕ ਇਟ ਵੀ ਕੈਨ ਇੰਕ ਇਟ ਮੇਰਾ ਨਰਸਰੀ ਦਾ ਬੇਲੀ ਨਰਸਰੀ ਤੋਂ ਪਲੱਸ ਟੂ ਕੱਢੀ ਕੀਤੀ
ਇਹਦੀ ਐਡੀਟਿੰਗ ਮੈਂ ਕਰਨ ਦਿਆਂ ਵਾਂ ਹੁਣ, ਅਤੇ ਹੁਣ ਟਾਈਮ ਹੋ ਗਿਆ ਵਾ 10:30, ਇਹ ਵਲੋਗ ਆ ਜਾਏਗਾ ਤੁਹਾਡੇ ਕੋਲ ਕੱਲ੍ਹ 8 ਜਾਂ 9 ਦੇ ਕਰੀਬ ਹੈ ਜੇ, ਕਿਉਂਕਿ ਮੇਰੇ ਕੋਲ ਟਾਈਮ ਦਾ ਨਹੀਂ ਪਤਾ ਲੱਗਦਾ, ਕਿਉਂਕਿ ਮੈਂ ਅਪਲੋਡ ਕਰਨਾ ਸਟਾਰਟ ਕਰਦਾ ਉਹ ਹੌਲੀ 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 ਅਪਲੋਡ ਹੁੰਦੀ ਵੀਡੀਓ। ਸੋ ਵੀਡੀਓ ਕੱਲ੍ਹ ਆਵੇਗੀ, ਜ਼ਰੂਰ ਦੇਖਿਓ, ਅਤੇ ਥੈਂਕ ਯੂ ਜਿਹੜੇ ਇੱਥੋਂ ਤੱਕ ਵੀਡੀਓਜ਼ ਦੇਖਦਾ ਵਾ, ਅਤੇ ਬਹੁਤ ਸਾਰਾ ਪਿਆਰ ਮੇਰੇ ਵੱਲ ਉਹਨਾਂ ਨੂੰ। ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਲਾਈਕ ਦਾ ਬਟਨ ਆਪਣੇ ਕਰੋ, ਸਬਸਕ੍ਰਾਈਬ ਜਿਹੜੇ ਨਹੀਂ ਕਰਦੇ ਸਬਸਕ੍ਰਾਈਬ ਕਰਦੇ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਸਪੋਰਟ ਕਰਿਓ, ਤੁਹਾਡੇ 1 ਲਾਈਕ ਨਾਲ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਆ। ਸੋ ਪਲੀਜ਼, ਆਈ ਐਮ ਯੂਅਰ ਸਿੰਘ, ਨਾਮ ਹੈ ਹਾਫਿਜ਼, ਬਾਏ।